ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ ਨਿਊਜ਼ YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਦੀਆਂ ਤਾਜ਼ਾਤਰੀਨ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੂਬੇ ਪੰਜਾਬ ਦੀਆਂ ਸਭ ਤੋਂ ਖਾਸ ਤੇ ਮਹੱਤਵਪੂਰਨ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਉਸ ਤੋਂ ਪਹਿਲਾਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਿਨ ਤੁਹਾਨੂੰ ਟਾਈਮ ਉੱਤੇ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਜੀਓ ਕਿਉਂਕਿ ਤੁਹਾਡਾ ਹਰ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪਟਿਆਲਾ ਵਿਖੇ ਕੈਪਟਨ ਨੇ ਲਹਿਰਾਇਆ ਝੰਡਾ ਕਿਸਾਨਾਂ ਦੇ ਹੱਕ ਚ ਕਹੀਆਂ ਇਹ ਗੱਲਾਂ ਲਾਲ ਕਿਲੇ ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਿਸ ਨੇ ਕੀਤਾ लाठी चार्ज ਦਿੱਲੀ ਦੇ ਕੁਝ ਇਲਾਕਿਆਂ 'ਚ ਇੰਟਰਨੈਟ ਬੰਦ ਦਿੱਲੀ ਦੇ ਸੁਰੱਖਿਆ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੱਦੀ ਅਹਿਮ ਬੈਠਕ ਟਿਕਟੌਕ ਸਮੇਤ ਭਾਰਤ ਵਿੱਚ 95 ਚੀਨੀ ਐਪਸ ਉੱਤੇ ਪੱਕੇ ਤੌਰ ਉੱਤੇ ਪਾਬੰਦੀ ਲਾਲ ਕਿਲੇ ਉੱਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਦੀਰ ਦੀ ਵੱਡੀ ਅਪੀਲ ਟਾਇਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਟਰੈਕਟਰ ਪਲਟਿਆ ਨੌਜਵਾਨ ਕਿਸਾਨ ਦੀ ਗਈ ਜਾਨ ਪੰਜਾਬ 'ਚ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਉੱਤੇ ਹਮਲੇ ਦਾ ਮਾਮਲਾ ਆਇਆ ਸਾਹਮਣੇ ਪਦਮਸ਼ਰੀ ਅਵਾਰਡ ਪੰਜਾਬ ਦੇਆਂ 5 ਹਸਤੀਆਂ ਨੂੰ ਪਦਮਸ਼ਰੀ ਸਨਮਾਨ ਕਿਸਾਨ ਅੰਦੋਲਨ ਤੋਂ ਮੰਨਤ ਭਾਗੀ ਖਬਰਾਂ ਮਿਰਸਰਜ ਦੇ ਦੋ ਬੀਬੀਆਂ ਦੀ ਮੋਗਾ 'ਚ ਵਿਆਹ ਲਈ ਬਰਾਤ ਲੈ ਕੇ ਪਹੁੰਚੇ ਲਾੜੇ ਦੇ ਉੱਡੇ ਹੋਸ਼ ਟਕਰਾਰ ਦੌਰਾਨ ਸਿੱਖ ਨੌਜਵਾਨ ਨੇ ਕਿਸਾਨਾਂ ਦੇ ਰੂਹ ਤੋਂ ਬਚਾਇਆ ਪੁਲਿਸ ਮੁਲਾਜ਼ਮ ਹਰ ਪਾਸੇ ਹੋ ਰਹੀ ਹੈ ਤਾਰੀਫ਼ ਮੁਲਾਜ਼ਮਾਂ ਲਈ ਖੁਸ਼ਖਬਰੀ ਇਸ ਬਜਟ ਵਿੱਚ ਮਿਲ ਜਾਵੇਗਾ ਭੀ ਕਮਿਸ਼ਨ ਮਨਪ੍ਰੀਤ ਬਾਦਲ ਬਾਲੀਵੁੱਡ ਅਦਾਕਾਰਾਂ ਵੱਲੋਂ ਵੀ ਟਰੈਕਟਰ ਰੈਲੀ ਦਾ ਭਾਰੀ ਸਮਰਥਨ ਕਿਹਾ ਇਹ ਹੈ ਅਸਲ ਗਣਤੰਤਰ ਪ੍ਰੇਡ ਟਰੈਕਟਰ ਪ੍ਰੇਡ ਮੌਕੇ ਰਕੇਸ਼ ਟਕੈਤ ਦਾ ਵੱਡਾ ਬਿਆਨ ਕਿਹਾ ਪੁਲਿਸ ਨੇ ਜਾਣ ਪੁੱਝ ਕੇ ਕੀਤਾ लाठी चार्ज ਦਿੱਲੀ ਦੇ ਸਾਰੇ ਬਾਰਡਰਾਂ ਉੱਤੇ ਇੰਟਰਨੈਟ ਸੇਵਾਵਾਂ ਬੰਦ ਕੇਂਦਰ ਸਰਕਾਰ ਦੀ ਤਿਆਰੀ 8 ਸਾਲ ਪੁਰਾਣੀਆਂ ਗੱਡੀਆਂ ਉੱਤੇ ਲੱਗੇਗਾ ਗ੍ਰੀਨ ਟੈਕਸ ਹੁਣ ਦੋਸਤੋ ਗੱਲ ਕਰਾਂਗੇ ਖਬਰਾਂ ਦੀ ਵਿਸਥਾਰ ਨਾਲ ਲੋਕ ਕਰਦੇ ਸਭ ਤੋਂ ਪਹਿਲੀ ਖਾਸ ਤੇ ਅਹਿਮ ਖਬਰ ਵੱਲ ਪਟਿਆਲਾ ਵਿਖੇ ਕੈਪਟਨ ਨੇ ਝੰਡਾ ਲਹਿਰਾਇਆ ਕਿਸਾਨਾਂ ਦੇ ਹੱਕ 'ਚ ਇਹ ਗੱਲਾਂ ਕਹੀਆਂ ਉਸ ਬਾਰੇ ਆਪ ਵਿਸਤਾਰ ਪੂਰਵਕ ਇਸ ਖਬਰ 'ਚ ਗੱਲ ਕਰਦੇ ਹਾਂ ਉਹਨਾਂ ਵੱਲੋਂ ਪਟਿਆਲਾ ਵਿਖੇ ਤਿਰੰਗਾ ਲਹਿਰਾਇਆ ਗਿਆ ਕੈਪਟਨ ਨੇ ਕਿ ਗਣਤੰਤਰ ਦੇ ਹੜਾ ਸਾਡੇ ਲੋਕਤੰਤਰੀ ਅਧਿਕਾਰਾਂ ਤੇ ਸਾਡੇ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਆਜ਼ਾਦੀਆਂ ਆਜ਼ਾਦੀ ਦੀ ਰਾਖੀ ਲਈ ਕੀਤੇ ਗਏ ਵਾਅਦੇ ਦੀ ਪੁਸ਼ਟੀ ਕਰਨ ਦਾ ਮਹੱਤਵਪੂਰਨ ਮੌਕਾ ਹੈ ਉਹਨਾਂ ਕਹਿੰਦੇ ਕਿ ਸਾਡਾ ਸੰਵਿਧਾਨ ਹੀ ਸਾਡੇ ਲੋਕਤੰਤਰੀ ਦੇਸ਼ ਦੀ ਅਸਲੀ ਤਾਕਤ ਹੈ। ਉਹਨਾਂ ਕਹਿੰਦੇ ਪੰਜਾਬ ਸੂਬਾ 1966 ਤੋਂ ਲੈ ਕੇ ਦੇਸ਼ ਦੇ ਲੋਕਾਂ ਦਾ ਰੱਡ ਭਰਦਾ ਆ ਰਿਹਾ ਹੈ ਪਰ ਕੇਂਦਰ ਸਰਕਾਰ ਹੁਣ ਪੰਜਾਬ ਨਾਲ ਅਜਿਹਾ ਮਾੜਾ ਵਰਤਾਓ ਕਰ ਰਹੀ ਹੈ। ਉਹਨਾਂ ਕਹਿੰਦੇ ਕਿ ਸੂਬੇ ਦਾ ਕੋਈ ਪਿੰਡ ਅਜਿਹਾ ਨਹੀਂ ਜਿੱਥੇ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਸੰਘਰਸ਼ ਉੱਤੇ ਨਹੀਂ ਬੈਠੇ ਹੋਣ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਗਈ ਕਿਸਾਨੀ ਮਸਲਿਆਂ ਦਾ ਹੱਲ ਕੱਢਿਆ ਜਾਵੇ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਉਹਨਾਂ ਨੇ ਅੱਗੇ ਵੀ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਜ਼ਿਮੀਂਦਾਰ ਬੈਠੇ ਹਨ ਪਰ ਸਚਾਈ ਤਾਂ ਇਹ ਹੈ ਕਿ 75% ਕਿਸਾਨੀ ਪੰਜ ਕਿੱਲੇ ਤੋਂ ਘੱਟ ਦੀ ਮਾਲਕ ਹੈ ਉਹਨਾਂ ਕਹਿ ਕੇ ਦਿੱਲੀ ਦੀਆਂ ਸਰਦਾਂ ਤੇ ਬਜ਼ੁਰਗ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਹੀ ਬੈਠੇ ਹੋਏ ਹਨ ਅਗਲੀ ਅਹਿਮ ਖਬਰ ਲਾਲ ਕਿਲੇ ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਿਸ ਨੇ ਕੀਤਾ ਲਾਠੀ ਚਾਰਜ ਦਿੱਲੀ ਦੇ ਕੁਝ ਇਲਾਕਿਆਂ ਚ ਨੈਟ ਸੇਵਾਵਾਂ ਬੰਦ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮੁਕਰਬਾ ਚੌਂਕ, ਟਰਾਂਸਪੋਰਟ ਨਗਰ, ਆਈਟੀਓ ਅਤੇ ਅਕਸ਼ਰ ਧਾਮ ਸਮੇਤ ਹੋਰ ਸਥਾਨਾਂ ਤੇ ਹੋਈ ਟਕਰਾਅ ਦੌਰਾਨ ਕਿਸਾਨਾਂ ਦੇ ਇੱਕ ਜਥੇ ਨੇ ਲਾਲ ਕਿਲਾ ਕੰਪਲੈਕਸ ਵਿੱਚ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ ਉੱਥੇ ਹੀ ਲਾਲ ਕਿਲੇ ਦੇ ਆਲੇ-ਦੁਆਲੇ ਜਮਾ ਹੋਏ ਕਿਸਾਨਾਂ 'ਤੇ ਪੁਲਿਸ ਨੇ लाठीचार्ज ਕਰਦੇ ਹੋਏ ਕਿਸਾਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਤਣਾਅ ਵਾਧਾ ਦੇਖ ਸਰਕਾਰ ਨੇ ਦਿੱਲੀ ਐਨਸੀਆਰ ਦੇ ਕੁਝ ਇਲਾਕਿਆਂ ਵਿੱਚ 12 ਘੰਟੇ ਲਈ ਨੈੱਟ ਬੰਦ ਕਰਨ ਦਾ ਹੁਕਮ ਜਾਰੀ ਕੀਤੇ ਹਨ दूरसंचार विभाग ਮੁਤਾਬਕ ਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭੇਜੇਗਾ ਇੱਕ ਸਰਕਾਰੀ ਹੁਕਮ ਵਿੱਚ ਗਣਤੰਤਰ ਦੇ ਵਿਜੇਦਨ ਸਿੰਘੂ ਗਾਜੀਪੁਰ ਟਿਕਰੀ ਮੁਕਰਬਾ ਚੌਂਕ ਅਤੇ ਨਾਂਗਲੋਈ ਅਤੇ ਉਹਨਾਂ ਨਾਲ ਲੱਗੇ ਦਿੱਲੀ ਦੇ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੋਂ ਰਾਤ 11 ਵਜੇ ਤੱਕ ਜਿਹੜਾ ਹੈ ਨੈੱਟ ਸੇਵਾਵਾਂ ਸਥਾਈ ਤੌਰ ਤੇ ਮੁਲਤਵੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਤੇ ਤਾਂਕਿ ਅਫਵਾਹਾਂ ਨਾ ਫੈਲਣ ਅਗਲੀ ਖਬਰ ਆ ਰਹੀ ਹੈ ਜੀ ਦਿੱਲੀ 'ਚ ਸੁਰੱਖਿਆ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਅਹਿਮ ਬੈਠਕ ਟ੍ਰੈਕਟਰ ਪ੍ਰੇਡ ਦੌਰਾਨ ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਮਗਰੋਂ ਗ੍ਰਹਿ ਮੰਤਰਾਲਾ ਨੇ ਉੱਚ ਪੱਧਰੀ ਬੈਠਕ ਸੱਦੀ ਹੈ ਇਸ ਬੈਠਕ 'ਚ ਗ੍ਰਹਿ ਸਕੱਤਰ ਅਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਵੀ ਮੌਜੂਦ ਹਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇਹ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਇਸ ਬੈਠਕ 'ਚ ਦਿੱਲੀ ਵਿੱਚ ਸੁਰੱਖਿਆ ਦੇ ਹਾਲਾਤ ਨੂੰ ਲੈ ਕੇ ਇਹ ਬੈਠਕ ਹੋ ਰਹੀ ਹੈ ਅਤੇ ਅੰਦਰੂਨੀ ਸੁਰੱਖਿਆ ਦਸਤਿਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰਾਂ ਨਾਲ ਲਾਲ ਕਿਲਾ ਕੰਪਲੈਕਸ ਦੇ ਦਾਖਲ ਹੋ ਗਏ ਜਿੱਥੇ ਕੇਸਰੀ ਝੰਡਾ ਲਹਿਰਾਇਆ ਗਿਆ ਹਾਲਾਂਕਿ ਬਾਅਦ ਵਿੱਚ ਪੁਲਿਸ ਵੱਲੋਂ ਹੀ ਕੇਸਰੀ ਝੰਡਾ ਉਤਾਰ ਦਿੱਤਾ ਗਿਆ ਇਹ ਝੰਡਾ ਉੱਥੇ ਲਹਿਰਾਇਆ ਗਿਆ ਹੈ ਜਿੱਥੇ 15 ਅਗਸਤ ਮੌਕੇ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ ਅਗਲੀ ਖਬਰ ਟਿਕਟੌਕ ਸਮੇਤ ਭਾਰਤ ਵਿੱਚ 59 ਚੀਨੀ ਐਪਸ ਉੱਤੇ ਪੱਕੇ ਤੌਰ ਉਤੇ ਪਾਬੰਦੀ ਰਿਪੋਰਟਾਂ ਪਿਛਲੇ ਜੂਨ ਵਿੱਚ ਟਿਕਟੋਕ ਅਤੇ ਵੀਚੈਟ ਸਮੇਤ ਕੁੱਲ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਗਈ ਸੀ ਹੁਣ ਖਬਰਾਂ ਆ ਰਹੀਆਂ ਹਨ ਕਿ ਭਾਰਤ ਸਰਕਾਰ ਦਾ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਭਾਰਤ ਵਿੱਚ ਇਹਨਾਂ 59 ਚੀਨੀ ਐਪਸ ਉੱਤੇ ਪੱਕੇ ਤੌਰ ਉਤੇ ਪਾਬੰਦੀ ਲਗਾ ਰਹੀ ਹੈ ਕੁਝ ਮੀਡੀਆ ਰਿਪੋਰਟਾਂ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਹੁਣ ਇਹਨਾਂ ਐਪਸ ਉੱਤੇ ਰੋਕ ਨੂੰ ਪੱਕੇ ਤੌਰ ਉਤੇ ਬੈਨ ਕੀਤਾ ਗਿਆ ਹੈ ਅਗਲੀ ਖਬਰ ਲਾਲ ਕਿਲੇ ਉਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਨ ਸਿੰਘ ਬੰਦੀਰ ਦੀ ਵੱਡੀ اپੀਲ ਕਿਸਾਨਾਂ ਦੇ ਟਰੈਕਟਰ ਪ੍ਰੇਡ ਦੌਰਾਨ ਲਾਲ ਕਿਲੇ ਉਤੇ ਕੇਸਰੀ ਚੰਡਾ ਲਹਿਰਾਉਣ ਵਾਲੇ ਨੌਜਵਾਨਾਂ ਤੇ ਨਹਿੰਗਾ ਨੂੰ ਕਿਸਾਨ ਨੇਤਾ ਸਰਵਨ ਸਿੰਘ ਬੰਦੀਰ ਨੇ ਵਾਪਸ ਕੁੰਡਲੀ ਬਾਰਡਰ ਆਉਣ ਦੀ اپੀਲ ਕੀਤੀ ਹੈ ਕਿਸਾਨ ਮਜ਼ਦੂਰ ਏਕਤਾ ਜੱਥੇਬੰਦੀ ਦੇ ਪ੍ਰਧਾਨ ਸਰਵਨ ਸਿੰਘ ਬੰਦੀਰ ਨੇ ਇੱਕ ਆਡੀਓ ਜਾਰੀ ਕਰਦੇ ਹੋਏ ਆਖਿਆ ਕਿ ਜਿਹੜੇ ਨੌਜਵਾਨ ਤੇ ਨਿੰਗ ਸਿੰਘ ਲਾਲ ਕਿਲੇ ਉਤੇ ਹਨ ਉਹ ਜਲਦੀ ਤੋਂ ਜਲਦੀ ਕੁੰਡਲੀ ਬਾਰਡਰ ਉਤੇ ਪਹੁੰਚਣ ਮੰਦੀਰ ਨੇ ਕਿਹਾ ਕਿ ਲਾਲ ਕਿਲੇ ਉੱਤੇ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਢਾਅ ਲੱਗ ਸਕਦੀ ਹੈ ਅਤੇ ਇਸ ਨਾਲ ਅੰਦੋਲਨ ਬਦਨਾਮ ਹੋਵੇਗਾ। ਲਿਹਾਜ਼ਾ ਜਿਹੜੇ ਵੀ ਨੌਜਵਾਨ ਲਾਲ ਕਿਲੇ ਦੇ ਉੱਤੇ ਹਨ ਉਹ ਜਲਦੀ ਤੋਂ ਜਲਦੀ ਕੁੰਡਲੀ ਬਾਰਡਰ ਉੱਤੇ ਪਹੁੰਚਣ। ਅਗਲੀ ਖਬਰ ਟਾਇਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਟਰੈਕਟਰ ਪਲਟਿਆ ਨੌਜਵਾਨ ਕਿਸਾਨ ਦੀ ਗਈ ਜਾਨ। ਬਹੁਤ ਦੁਖਦਾਈ ਖਬਰ ਆ ਰਹੀ ਹੈ ਜੀ ਜਾਣਕਾਰੀ ਅਨੁਸਾਰ ਪੁਲਿਸ ਦੀ ਗੋਲੀ ਟਰੈਕਟਰ ਦੇ ਟਾਇਰ ਉੱਤੇ ਲੱਗਣ ਕਾਰਨ ਟਰੈਕਟਰ ਪਲਟ ਗਿਆ ਅਤੇ ਸਿੱਟੇ ਵੱਜੋਂ ਟਰੈਕਟਰ ਦੇ ਡਿੱਗਣ ਕਾਰਨ ਨੌਜਵਾਨ ਕਿਸਾਨ ਦੀ ਜਾਨ ਚਲੀ ਗਈ ਮ੍ਰਿਤਕ ਨੌਜਵਾਨ ਕਿਸਾਨ ਦੀ ਪਛਾਣ ਨਗਨੀਤ ਸਿੰਘ ਉਮਰ ਕਰੀਬ 28 ਤੋਂ 30 ਸਾਲ ਵਿਚਕਾਰ ਹੈ ਉਹ ਉੱਤਰਾਖੰਡ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਅਗਲੀ ਖਬਰ ਪੰਜਾਬ 'ਚ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਉੱਤੇ ਹਮਲੇ ਦਾ ਮਾਮਲਾ ਆਇਆ ਸਾਹਮਣੇ ਖਬਰਾਂ ਅਰੀਏ ਜੀ ਪਟਿਆਲਾ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਉੱਤੇ ਹਮਲਾ ਹੋਇਆ ਹੈ ਪੰਜਾਬ ਦੇ ਪਟਿਆਲਾ ਵਿਖੇ ਡਿਊਟੀ ਉੱਤੇ ਬੈਠੇ ਹੌਲਦਾਰ ਨੇ ਬਲੇਰੋ ਡਰਾਈਵਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਹੌਲਦਾਰ ਚਰਨਜੀਤ ਕੁਮਾਰ ਉੱਪਰ ਗੱਡੀ ਚੜਾ ਦਿੱਤੀ ਇਸ ਕਾਰਨ ਚਰਨਜੀਤ ਜ਼ਖਮੀ ਹੋ ਗਿਆ ਤੇ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਚਰਨਜੀਤ ਦੀ ਸ਼ਿਕਾਇਤ ਉੱਤੇ ਗੁਰਜੰਟ ਸਿੰਘ ਨਿਵਾਸੀ ਆਲੀਪੁਰ ਏਰੀਅਨਜ਼ ਖਿਲਾਫ ਕੇਸ ਦਰਜ ਕੀਤਾ ਹੈ ਅਗਲੀ ਅਹਿਮ ਖਬਰ ਪੰਜਾਬ ਦੀਆਂ ਪੰਜ ਹਸਤੀਆਂ ਨੂੰ ਪਦਮਸ਼੍ਰੀ ਸਨਮਾਨ 72ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਸਨਮਾਨ ਦਾ ਐਲਾਨ ਕੀਤਾ ਗਿਆ ਵੱਖ-ਵੱਖ ਖੇਤਰਾਂ ਵਿੱਚ ਅਹਲਾ ਪ੍ਰਦਰਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਪੰਜ ਹਸਤੀਆਂ ਨੂੰ ਪਦਮਸ਼੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ ਇਹਨਾਂ ਵਿੱਚ ਲੁਧਿਆਣੇ ਤੋਂ ਰਜਨੀ ਵੈਕਟਰ ਨੂੰ ਰੇਡ ਤੇ ਇੰਡਸਟਰੀ ਖੇਤਰ ਜਲੰਧਰ ਤੋਂ ਪ੍ਰਕਾਸ਼ ਕੌਰ ਨੂੰ ਸਮਾਜਿਕ ਕੰਮਾਂ ਬਦਲੇ ਇਲਾਜਵੰਤੀ ਤੇ ਕਰਤਾਰ ਸਿੰਘ ਨੂੰ ਕਲਾ ਖੇਤਰ ਅਤੇ ਰਤਨ ਲਾਲ ਮਿੱਤਲ ਨੂੰ ਮੈਡੀਸਿਨ ਖੇਤਰ ਵਿੱਚ ਇਹ ਸਨਮਾਨ ਦਿੱਤਾ ਜਾਵੇਗਾ। ਅਗਲੀ ਖਬਰ ਕਿਸਾਨ ਅੰਦੋਲਨ ਤੋਂ ਮੰਦਭਾਗੀ ਖਬਰ ਅਮਰitsar ਚ ਦੋ ਬੀਬੀਆਂ ਦੀ ਮੌਤ। 26 ਜਨਵਰੀ ਨੂੰ ਜਿੱਥੇ ਦਿੱਲੀ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਉੱਥੇ ਹੀ ਇਹ ਮੰੰਦ ਭੱਗੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ 'ਚ ਕਿਸਾਨ ਅੰਦੋਲਨ ਤੋਂ ਮੰੰਦ ਭੱਗੀ ਖਬਰ ਆਈ ਹੈ। ਸੂਤਰਾਂ ਅਨੁਸਾਰ ਕਿਸਾਨਾਂ ਦੇ ਹੱਕ 'ਚ ਪਿੰਡ ਵਲਾਂ ਵਿਖੇ ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਮੌਕੇ ਉੱਤੇ ਇੱਕ ਡਰਾਈਵਰ ਟਰੈਕਟਰ ਦੇ ਪਿੱਛੇ ਪਾਣੀ ਦਾ ਟੈਂਕਰ ਲੈ ਕੇ ਆ ਰਿਹਾ ਸੀ ਜਿਸ ਨੇ ਟਰੈਕਟਰ ਸਮੇਤ ਟੈਂਕਰ ਰੋਸ ਮਾਰਚ ਕਰ ਰਹੀਆਂ ਬੀਬੀਆਂ ਉੱਤੇ ਚੜਾ ਦਿੱਤਾ ਜਿੱਥੇ ਮੌਕੇ ਉੱਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ ਹੈ ਤੇ ਈਆਂ ਔਰਤਾਂ ਤੇ ਬੱਚੇ ਜ਼ਖਮੀ ਹੋ ਗਏ ਮੌਕੇ ਤੇ ਪੁਜੀ ਸਥਾਨਕ ਪੁਲਿਸ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਸੋਖ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਮੱਖਣ ਵਿੰਡੀ ਵੱਜੂ ਹੋਈ ਹੈ ਪੁਲਿਸ ਵੱਲੋਂ ਪੁੱਛਣ ਤੇ ਦੋਸ਼ੀ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ ਪੁਲਿਸ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਗਲੀ ਆਮ ਖਬਰ ਮੋਗਾ ਜਗਵਾਲੀ ਬਰਾਤ ਲੈ ਕੇ ਪਹੁੰਚੇ ਲਾੜੇ ਦੇ ਉੱਡੇ ਹੋਸ਼ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਬਰਾਤ ਲੈ ਕੇ ਪਹੁੰਚੇ ਲਾੜੇ ਉਸਦੇ ਪਰਿਵਾਰ ਦੇ ਉਸ ਵੇਲੇ ਹੋ ਛੁੱਟ ਗਏ ਜਦੋਂ ਉਹ ਲਾੜੀ ਦੇ ਘਰ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਤਾਲਾ ਲੱਗਾ ਮਿਲਿਆ ਲੜਕੀ ਪਰਿਵਾਰ ਦਾ ਮੋਬਾਈਲ ਵੀ ਪੰਦ ਆ ਰਿਹਾ ਸੀ ਲਾੜੇ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਧੂਖਾ ਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਲਾੜੇ ਹਰਜਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਗਭਗ 1 ਮਹੀਨਾ ਪਹਿਲਾਂ ਉਸਦੇ ਲੜਕੇ ਦਾ ਵਿਆਹ ਮੋਗਾ ਦੇ ਰੇਡਵਾ ਪਿੰਡ ਦੀ ਇੱਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੇ ਪਰਿਵਾਰ ਵੱਲੋਂ ਸ਼ਗਨ ਵੀ ਦਿੱਤਾ ਗਿਆ ਸੀ ਉਸਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਸਵੇਰੇ ਬਰਾਤ ਲੈ ਕੇ ਨਿਕਲਣ ਲੱਗੇ ਤਾਂ ਕੁਝ ਲੋਕਾਂ ਨੇ ਉਹਨਾਂ ਦੀ ਕਾਰ ਅੱਗੇ ਗੱਡੀ ਲਗਾ ਕੇ ਦੱਸਿਆ ਕਿ ਲੜਕੀ ਦੀ ਪਹਿਲਾਂ ਹੀ ਕੋਰਟ ਮੈਰਿਜ ਹੋ ਚੁੱਕੀ ਹੈ ਲੜਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦੇ ਪਹਿਲੇ ਪਤੀ ਨੂੰ ਵੀ ਉਸ ਸਮੇਂ ਲੜਕੀ ਦੇ ਨਾਬਾਲਗ ਹੋਣ ਕਾਰਨ ਸਜ਼ਾ ਦਿੱਤੀ ਗਈ ਸੀ ਜਦੋਂ ਅਸੀਂ ਬਰਾਤ ਨੂੰ ਲੈ ਕੇ ਲੜਕੀ ਦੇ ਘਰ ਪਹੁੰਚੇ ਤਾਂ ਘਰ ਉੱਤੇ ਤਾਲਾ ਲਟਕਿਆ ਮਿਲਿਆ ਅਤੇ ਜਦੋਂ ਅਸੀਂ ਲੜਕੀ ਦੇ ਪਰਿਵਾਰ ਨਾਲ ਫੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਸਵਿਚ ਆਫ ਆ ਰਿਹਾ ਸੀ। ਅਗਲੀ ਖਬਰ ਤਕਰਾਰ ਦੌਰਾਨ ਸਿੱਖ ਨੌਜਵਾਨਾਂ ਨੇ ਕਿਸਾਨਾਂ ਦੇ ਰੂਹ ਤੋਂ ਬਚਾਇਆ ਪੁਲਿਸ ਮੁਲਾਜ਼ਮ ਹਰ ਪਾਸੇ ਹੋ ਰਹੀ ਹੈ ਤਾਰੀਫ਼। ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪ੍ਰੇਡ ਕੱਢੀ ਜਾ ਰਹੀ ਸੀ ਉੱਥੇ ਹੀ ਪੁਲਿਸ ਦੇ ਰੋਕਣ ਦੇ ਬਾਵਜੂਦ ਆਖਰਕਾਰ ਕਿਸਾਨ ਲਾਲ ਕਿਲੇ ਉੱਤੇ ਪਹੁੰਚ ਗਏ। ਉਥੇ ਰਾਜਧਾਨੀ ਦਿੱਲੀ ਵਿੱਚ ਆ ਆਈਟੀਯੂ ਨੇੜੇ ਹੋਈ ਹਿੰਸਾ ਤੋਂ ਬਾਅਦ ਇੱਕ ਸਿੱਖ ਨੌਜਵਾਨ ਪੁਲਿਸ ਮੁਲਾਜ਼ਮ ਦਾ ਬਚਾਅ ਕਰਦਾ ਨਜ਼ਰ ਆਇਆ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਸਿੱਖ ਨੌਜਵਾਨ ਦਿੱਲੀ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਪ੍ਰਦਰਸ਼ਨਕਾਰੀਆਂ ਦੇ ਰੋਹ ਤੋਂ ਬਚਾ ਰਿਹਾ ਹੈ ਜਦੋਂ ਕਿ ਪ੍ਰਦਰਸ਼ਨ ਕਰ ਰਹੇ ਲੋਕ ਪੁਲਿਸ ਮੁਲਾਜ਼ਮ ਨਾਲ ਕੁੱਟ ਕਰਨਾ ਕੁੱਟਮਾਰ ਕਰਨਾ ਚਾਹੁੰਦੇ ਸਨ ਅਗਲੀ اہم ਖਬਰ ਮੁਲਾਜ਼ਮਾਂ ਲਈ ਖੁਸ਼ਖਬਰੀ ਇਸ ਬਜਟ ਵਿੱਚ ਮਿਲ ਜਾਵੇਗਾ ਪੀ ਕਮਿਸ਼ਨ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗਣਤੰਤਰ ਦਿਵਸ ਤੇ ਸ਼੍ਰੀ ਮੁਖਸਰ ਸਾਹਿਬ ਵਿਖੇ ਤਿਰੰਗਾ ਲਹਿਰਾਇਆ ਇਸ ਮੌਕੇ ਪੱਤਰਕਾਰਾਂ ਨਾਲ ਵੀ ਰੂਬਰੂ ਹੋਏ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਦੇਸ਼ ਦੀ ਸਮਾਜਿਕ ਰੀਤੀਆਂ ਨੂੰ ਸਮਾਜਿਕ ਰੀਤੀਆਂ ਵਿਰੁੱਧ ਕਾਰਜ ਕਰਨੇ ਚਾਹੀਦੇ ਹਨ ਉਹਨਾਂ ਨੇ ਇਸ ਮੌਕੇ ਇਹ ਵੀ ਬਿਆਨ ਦਿੱਤਾ ਕਿ ਜਲਦ ਉਜਾਲਦ ਮੁਲਾਜ਼ਮਾਂ ਨੂੰ ਜਿਹੜਾ ਹੈ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ ਤੇ ਮੁਲਾਜ਼ਮਾਂ ਦੀ ਪੈਨਸ਼ਨ ਦੇ ਮਾਮਲੇ ਵਿੱਚ ਵੀ ਉਹਨਾਂ ਨੇ ਕੁਝ ਨੀਤੀਆਂ ਜਿਹੜੀਆਂ ਹਨ ਪੂਰੇ ਦੇਸ਼ ਵਿੱਚ ਲਾਗੂ ਹੁੰਦੀਆਂ ਹਨ ਉਹ ਕਰਨ ਦੀ ਗੱਲ ਕਹੀ ਅਗਲੀ ਐਮ ਖਬਰ ਬਾਲੀਵੁੱਡ ਅਦਾਕਾਰਾਂ ਵੱਲੋਂ ਵੀ ਟਰੈਕਟਰ ਰੈਲੀ ਦਾ ਭਾਰੀ ਸਮਰਥਨ ਕਿਹਾ ਇਹ ਹੈ ਅਸਲ ਗਣਤੰਤਰ ਪਰੇਡ ਬਾਲੀਵੁੱਡ ਦੇ ਅਦਾਕਾਰਾਂ ਵੱਲੋਂ ਵੀ ਇਸ ਅੰਦੋਲਨ ਨੂੰ ਸਪੋਰਟ ਮਿਲੀ ਹੈ ਇਸ ਸੰਬੰਧ ਵਿੱਚ ਮਸ਼ਹੂਰ ਬਾਲੀਵੁੱਡ ਕੰਪੋਜ਼ਰ ਵਿਸ਼ਾਲ ਡਡਲਾਨੀ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸਨੇ ਲਿਖਿਆ ਕਿ ਅੱਜ ਦਾ ਇਤਿਹਾਸਿਕ ਟਰੈਕਟਰ ਮਾਰਚ ਹੀ ਅਸਲ 'ਚ ਗਣਤਾਂਤਰ ਦਿਵਸ ਪਰੇਡ ਹੋਵੇਗੀ ਅਗਲੀ ਐਮ ਖਬਰ ਟਰੈਕਟਰ ਪਰੇਡ ਮੌਕੇ ਰਕੇਸ਼ ਟਕੈਤ ਦਾ ਵੱਡਾ ਬਿਆਨ ਕਿਹਾ ਪੁਲਿਸ ਨੇ ਜਾਣਬੁੱਝ ਕੇ ਕੀਤਾ लाठी चार्ज ਖੇਤੀਗ੍ਰੋਹਨਾਂ ਵਿੱਚ ਵਿਰੋਧ ਪਿਛਲੇ 2 ਮਹੀਨੇ ਤੋਂ ਦਾ ਜਿਹੜਾ ਹੈ ਅੰਦੋਲਨ ਲਗਾਤਾਰ ਜਾਰੀ ਹੈ ਕਿਸਾਨੀ ਦਿੱਲੀ ਚ ਟਰੈਕਟਰ ਮਾਰਚ ਕਰ ਰਹੇ ਹਨ ਇਕ ਐਤ ਨੇ ਕਿਹਾ ਕਿ ਪੁਲਿਸ ਵੱਲੋਂ ਸਾਰੀ ਗੜਬੜੀ ਕੀਤੀ ਗਈ ਹੈ طے ਰੂਟ ਤੇ ਨਾਕਾ ਬੰਦੀ ਕਰਨ ਤੋਂ ਪਰੇਸ਼ਾਨ ਕਿਸਾਨ ਉਲਝਣ ਚ ਪੈ ਗਏ ਪੁਲਿਸ ਵੱਲੋਂ ਹੀ लाठी चार्ज ਗੋਲੇ ਦਾਗੇ ਗਏ ਜਿਸ ਨਾਲ ਮਾਮਲਾ ਵਿਗੜਿਆ ਤੇ ਸਰਕਾਰ ਦੇ ਇਸ਼ਾਰੇ ਤੇ ਕੁਝ ਲੋਕ ਗਲਤ ਹਰਕਤਾਂ ਕਰ ਰਹੇ ਹਨ ਅਗਲੀ ਐਮ ਖਬਰ ਕੇਂਦਰ ਸਰਕਾਰ ਦੀ ਤਿਆਰੀ 8 ਸਾਲ ਪੁਰਾਣੀਆਂ ਗੱਡੀਆਂ ਉੱਤੇ ਲੱਗੇਗਾ ਗ੍ਰੀਨ ਟੈਕਸ ਖਬਰ ਆ ਰਹੀ ਹੈ ਜੇ ਕੇਂਦਰ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ 8 ਸਾਲ ਪੁਰਾਣੇ ਵਾਹਨਾਂ ਉੱਤੇ ਟੈਕਸ ਲਗਾਉਣ ਦੀ ਤਿਆਰੀ ਵਿੱਚ ਹੈ। ਲਿਹਾਜ਼ਾ ਮੰਤਰਾਲੇ ਨੇ ਪੁਰਾਣੇ ਵਾਹਨਾਂ ਉੱਤੇ ਗ੍ਰੀਨ ਟੈਕਸ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ 8 ਸਾਲ ਤੋਂ ਪੁਰਾਣੇ ਵਾਹਨਾਂ ਉੱਤੇ ਗ੍ਰੀਨ ਟੈਕਸ ਲਗਾਇਆ ਜਾਵੇਗਾ। ਫਿਟਨੈਸ ਪ੍ਰਮਾਣ ਪੱਤਰ ਦਿੱਤੇ ਜਾਣ ਦੇ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਫਿਲਹਾਲ ਇਸ ਸਬੰਧ ਵਿੱਚ ਰਸਮੀ ਤੌਰ ਉੱਤੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਸ ਪ੍ਰਸਤਾਵ ਨੂੰ ਸੂਬਿਆਂ ਨੂੰ ਸਲਾਹ ਲਈ ਭੇਜਿਆ ਜਾਵੇਗਾ ਸੋ ਦੋਸਤੋ ਇਹ ਸਨ ਹੁਣ ਤੱਕ ਦੀਆਂ ਅਹਿਮ ਖਬਰਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਫੇਸਬੁੱਕ WhatsApp ਦੇ ਮਾਧਿਅਮ ਰਾਹੀਂ ਤਾਂ ਕਿ ਸਾਰੇ ਕਿਸਾਨ ਵੀਰਾਂ ਅਤੇ ਪੰਜਾਬ ਦੇ ਵਸਨੀਕਾਂ ਤੱਕ ਇਹ ਮਹੱਤਵਪੂਰਨ ਜਾਣਕਾਰੀ ਪਹੁੰਚਦੀ ਰਹੇ ਸਕੇ ਸੋ ਵੀਡੀਓ ਨੂੰ ਹੰਤ ਤੱਕ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ